ਅਤੇ ਇੱਕ ਦਰਖਤ ਨਾਲ ਪੂਰਾ ਟੁੱਟ ਕੇ ਉਹ ਦੂਸਰੇ ਰੋਡ ਦੇ ਦੂਸਰੀ ਸਾਈਡ 'ਤੇ ਖੜ੍ਹਾ ਸੀਗਾ। ਇੱਕਦਮ ਹੀ ਹਵਾ ਦਾ ਬੁੱਲਾ ਆਇਆ, ਉਹ ਦਰਖਤ ਮੇਰੇ 'ਤੇ ਡਿੱਗ ਪਿਆ, ਮੇਰੇ ਵਾਲ ਵੂਲ ਲਿਬੜ ਗਏ, ਕੱਪੜੇ ਸਾਰੇ ਲਿਬੜ ਗਏ। स्वागत है रहमत ए मुर्शद के अगले एपीसोड के। दोस्तों अज एक होर शख्स ना गल करदे आं, मेरे नाल डॉक्टर साहबान ने, इन्हां ना गल करदे आं कि डेरा सच्चा सौदा दी तिन्नी पातशाही नाल जुड़न तो बाद इन्हां दे जीवन विच की बदलाव होया। की नाम है सर, तुसीं किहड़ी जगह तो आए? डॉक्टर प्रतपाल सिंह, पिंड कणकवाल भोंगा, डिस्ट्रिक्ट संगरूर। तो किन्ना समा हो गया तुहानूं डेरा सच्चा सौदा नाल जुड़े हुए? डेरा सच्चा सौदा नाल 73-74 तो जुड़े हुए हैंगे। ਕਿਹੜਾ ਚਮਤਕਾਰ ਜਾਂ ਫਿਰ ਕਿਹੜਾ ਅਨੁਭਵ ਆ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ? ਸਤਿਗੁਰ ਬਸ ਆ ਹੁਣੇ ਮਹੀਨਾ ਕੁ ਹੋਇਆ ਉਹ ਦੱਸ ਰਿਹਾ ਜੀ। ਧੰਨ ਧੰਨ ਸਤਿਗੁਰ ਤੇਰੀ ਆਸਰਾ। ਬਾਈ ਜੀ ਮੈਂ ਸੁਨਾਮ ਤੋਂ ਚੀਮਾ ਆਇਆ, ਚੀਮੇ ਜਦੋਂ ਮੇਰੇ ਉਸਤਾਦ ਨੇ ਡਾਕਟਰ ਭੀਮ ਸਿੰਘ ਕਾਂਸਲ, ਮੈਂ ਉੱਥੋਂ ਮੈਡੀਸਨ ਲੈਣੀ ਸੀਗੀ। ਜਦੋਂ ਮੈਂ ਤੁਰਨ ਲੱਗਿਆ ਤਾਂ ਥੋੜ੍ਹਾ ਬਾਰਿਸ਼ ਜੀ ਆ ਗਈ, ਮੈਨੂੰ ਕਹਿੰਦੇ ਰੁਕ ਜਾ, ਮੈਂ ਥੋੜ੍ਹੀ ਦੇਰ ਤੁਰ ਪਿਆ ਅਤੇ ਜ਼ਿਆਦਾ ਹੋ ਗਈ ਬਾਰਿਸ਼, ਮੈਂ ਦੁਬਾਰਾ ਫਿਰ ਮੁੜ ਕੇ ਉਹਨਾਂ ਕੋਲ ਬੈਠ ਗਿਆ, ਪੂਰੀ ਲਿਖਾ ਕੇ ਝੱਖੜ ਮੈਂ ਉਦੋਂ ਬਾਅਦ ਤਕਰੀਬਨ 1.5-2 ਘੰਟੇ ਰੁਕ ਕੇ ਉੱਥੇ ਝੱਖੜ ਲੰਘਿਆ। ਜਦੋਂ ਮੈਂ ਚੱਲ ਪਿਆ, ਚੱਲਿਆ ਹੋਇਆ ਮੈਂ ਤੋੜਾਵਾਲ ਆ ਗਿਆ, ਉੱਥੇ ਆਉਂਦੇ ਆਉਂਦੇ ਭਿੱਜ ਗਿਆ ਅਤੇ ਉੱਥੇ ਮੈਂ ਬੱਸ ਅੱਡੇ ਰੋਕ ਕੇ ਮੈਂ ਖਿਆਲ ਲਿਫਾਫਾ ਦੇ ਯਾਰ ਮੈਂ ਮੋਬਾਈਲ ਪਾ ਲਾਂ। ਚਲੋ ਉਦੋਂ ਬਾਅਦ ਅੱਗੇ ਤੁਰ ਪਿਆ ਮੈਂ, ਅੱਗੇ ਦਰਖਤ ਬਹੁਤ ਜ਼ਿਆਦਾ ਟੁੱਟੇ ਹੋਏ ਸੀਗੇ ਅਤੇ ਮੇਰੇ ਮੂਹਰੇ ਇੱਕ ਗੱਡੀ ਜਾ ਰਹੀ ਸੀਗੀ ਅਤੇ ਇੱਕ ਦਰਖਤ ਨਾਲ ਪੂਰਾ ਟੁੱਟ ਕੇ ਉਹ ਦੂਸਰੇ ਰੋਡ ਦੇ ਦੂਸਰੀ ਸਾਈਡ 'ਤੇ ਖੜ੍ਹਾ ਸੀਗਾ ਅਤੇ ਮੇਰੇ ਮੂਹਰੇ ਗੱਡੀ ਲੰਘ ਗਈ। ਜਦੋਂ ਮੈਂ ਉਹ ਦਰਖਤ ਦੇ ਨੀਚੋਂ ਦੀ ਗੱਡੀ ਲੰਘ ਗਈ, ਮੈਂ ਸੋਚਿਆ ਇੱਕ ਮਿੰਟ ਵਾਸਤੇ ਵੀ ਇਹ ਗੱਡੀ ਲੰਘ ਗਈ ਯਾਰ। ਜਦੋਂ ਮੈਂ ਨੀਚੇ ਵੱਗ ਗਿਆ, ਮੇਰੇ ਕੋਲ ਮੋਟਰਸਾਈਕਲ ਸੀਗਾ ਅਤੇ ਪਤਾ ਨਹੀਂ ਕਿਵੇਂ ਹੋਇਆ, ਇੱਕਦਮ ਹੀ ਹਵਾ ਦਾ ਬੁੱਲਾ ਆਇਆ, ਉਹ ਦਰਖਤ ਮੇਰੇ 'ਤੇ ਡਿੱਗ ਪਿਆ। ਮੈਨੂੰ ਨਹੀਂ ਪਤਾ ਵੀ ਕੀ ਹੋਇਆ ਮੈਨੂੰ ਮੇਰੇ ਨਾਲ, ਮੈਨੂੰ ਤਾਂ ਬਸ ਇੱਕ ਮਿੰਟ 1.5 ਮਿੰਟ ਬਾਅਦ ਜਦੋਂ ਮੈਂ ਜੀਰੀ ਦੇ ਵਿੱਚ ਪਾਣੀ ਦੇ ਵਿੱਚੋਂ ਉੱਠਿਆ ਉਦੋਂ ਪਤਾ ਲੱਗਿਆ ਮੇਰੀ ਪੱਗ ਐਡੀ ਦੂਰ ਚਲੀ ਗਈ ਅਤੇ ਮੈਂ ਨਿਚੋੜ ਕੇ ਪੱਗ ਨੂੰ ਚੱਕ ਲਿਆ, ਮੇਰੇ ਵਾਲ ਵੂਲ ਲਿਬੜ ਗਏ, ਕੱਪੜੇ ਸਾਰੇ ਲਿਬੜ ਗਏ। ਬਾਹਰ ਨਾ ਨਿਕਲ ਜਾਵੇ ਜੋ ਦੇਖਿਆ ਤਾਰਾਂ ਲੱਗੀਆਂ ਹੋਈਆਂ ਦੋ ਖੇਤ ਦੇ ਵਿੱਚ, ਜਿਹੜੀਆਂ ਕੰਡਿਆਂ ਵਾਲੀਆਂ ਤਾਰਾਂ ਲੱਗੀਆਂ ਹੋਈਆਂ। ਮੈਂ ਬਾਹਰ ਨਿਕਲ ਕੇ ਸੋਚਿਆ ਵੀ ਮੇਰਾ ਮੋਟਰਸਾਈਕਲ ਉਵੇਂ ਹੀ ਚੱਲੀ ਜਾਵੇ ਉਹਦੇ ਥੱਲੇ ਦਰਖਤ ਦੇ ਥੱਲੇ, ਅਤੇ ਮੇਰਾ ਮਤਲਬ ਹੈਗਾ ਇੰਨਾ ਜ਼ਿਆਦਾ ਸੀ, ਮੈਂ ਉੱਧਰ ਮੋਟਰਸਾਈਕਲ ਦੇ ਕੋਲ ਜਾ ਨਹੀਂ ਹੁੰਦਾ ਸੀਗਾ, ਇੱਕ ਮੈਨੂੰ ਪਾਲਾ ਚੜਿਆ ਹੋਇਆ ਸੀਗਾ। ਅਤੇ ਚੱਲ ਹੋਰ 5-7 ਮਿੰਟਾਂ ਬਾਅਦ, 10 ਮਿੰਟਾਂ ਬਾਅਦ ਹੋਰ ਬੰਦੇ ਆਏ, ਇੱਕ ਆਇਆ ਉਹਨੇ ਰੋਕਿਆ ਨਹੀਂ ਹੈਗਾ, ਇੱਕ ਹੋਰ ਆਇਆ ਉਹਨੇ ਰੋਕਿਆ, ਫਿਰ ਇੱਕ ਆਇਆ ਮੁੰਡਾ ਉਹਨੇ ਪੁੱਛਿਆ ਮੈਨੂੰ ਕਿ ਅੰਕਲ ਕੀ ਹੋ ਗਿਆ, ਮੈਂ ਕਿਹਾ ਜਾਣਾ ਕਰਕੇ ਮੇਰਾ ਮੋਟਰਸਾਈਕਲ ਬੰਦ ਕਰ ਜਾ ਤੂੰ। ਕਹਿੰਦਾ ਕਿੱਥੇ? ਮਹਾਂ ਉਹਦੇ ਉਹ ਥੱਲੇ ਪਿਆ। ਕਹਿੰਦਾ ਤੁਸੀਂ ਹੋਰ ਦਾ ਹੀ ਬੰਦਾ ਕੋਈ ਨਹੀਂ? ਮੈਂ ਨਾ, ਮੈਂ ਇਕੱਲਾ ਹੀ ਸੀਗਾ। ਕਹਿੰਦਾ ਬਚ ਗਏ? ਮੈਂ ਕਿਹਾ ਹਾਂ। ਵੀ ਸਤਿਗੁਰ ਨੇ ਐਡੀ ਰਹਿਮਤ ਕੀਤੀ, ਮੇਰੇ ਭੋਰਾ ਖਰੋਚ ਨਹੀਂ ਲੱਗੀ, ਮੇਰੇ ਮੋਟਰਸਾਈਕਲ ਨੂੰ ਕੁਛ ਨਹੀਂ ਹੋਇਆ। ਅਤੇ ਮੋਟਰਸਾਈਕਲ ਮਤਲਬ ਅਸੀਂ ਫਿਰ ਉਹ 4-5 ਜਣੇ ਇਕੱਠੇ ਹੋ ਗਏ, ਇੱਦਾਂ ਘੜੀਸ ਕੇ ਕੱਢਿਆ। ਸਤਿਗੁਰ ਦੀ ਐਡੀ ਰਹਿਮਤ ਹੋਈ, ਸਤਿਗੁਰ ਸਾਡੀ ਕਦਮ ਕਦਮ 'ਤੇ ਰੱਖਿਆ ਕਰਦਾ। ਸਤਿਗੁਰ ਅੱਗੇ ਅਰਦਾਸ ਕਰਦੇ ਹਾਂ, ਹੇ ਸੱਚੇ ਸਤਿਗੁਰੂ ਜੀ, ਅੱਜ ਤਾਂ ਭੁੱਲਣਹਾਰ ਜੀਵਾਂ, ਸਾਡੇ 'ਤੇ ਇਸ ਤਰ੍ਹਾਂ ਹੀ ਮਿਹਰ ਭਰੇ ਹੱਥ ਰੱਖਣਾ ਜੀ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇੱਕ ਜੀਵਨ ਦੇ, ਇੱਕ ਇਨਸਾਨ ਦੇ ਜੀਵਨ ਦੇ ਵਿੱਚ ਉਸ 'ਤੇ ਗੁਰੂ ਦਾ ਕੀ ਪ੍ਰਭਾਵ ਹੁੰਦਾ ਅਤੇ ਕਿਸ ਤਰ੍ਹਾਂ ਉਸ ਦਾ ਜਿਹੜਾ ਗੁਰੂ ਹੈ ਉਹਨੂੰ ਪੈਰ ਪੈਰ ਦੇ ਉੱਤੇ ਉਹਦੀ ਰੱਖਿਆ ਕਰਦਾ। ਤੁਸੀਂ ਵੀ ਆਪਣੇ ਅਨੁਭਵ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਜੁੜੇ ਰਹੋ ਰਹਿਮਤ ਮੁਰਸ਼ਦ ਪ੍ਰੋਗਰਾਮ ਨਾਲ। ਧੰਨਵਾਦ।